ਕਹਿੰਦੇ ਹੁੰਦੇ ਨੇ ਵੀ ਡਰਾਈਵਰ ਦਾ ਜਿਹੜਾ ਦਿਮਾਗ ਆ ਵਕੀਲ ਵਰਗਾ ਹੁੰਦਾ ਹੈਗਾ। ਮੌਕੇ ਤੇ ਦਿਮਾਗ ਕੰਮ ਕਰਕੇ ਆਊਟਸਾਈਡ ਲਿਆ ਕੇ ਢੇਰੀ ਨਾਲ ਲਾ ਕੇ ਗੱਡੀ ਖੜਾ ਲਈ ਬਾਈ ਨੇ, ਨਹੀਂ ਸ਼ਾਇਦ ਕੋਈ ਅਣਹੋਣੀ ਵੀ ਹੋ ਸਕਦੀ ਸੀ। ਲੌਂਗੋਵਾਲੀ ਆ ਗੋਬਿੰਦ ਸਿੰਘ ਪੇਜ ਦੇਖ ਰਹੇ ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। 12 ਅਪ੍ਰੈਲ 2023 ਅੱਜ ਆ ਜਾਓ ਕਿਰਾਂ ਚੱਲੀਏ ਸ਼੍ਰੀਨਗਰ ਦੇ ਅਗਲੇ ਸਫ਼ਰ 'ਤੇ। ਆ ਬਾਈਆਂ ਦੀ ਗੱਡੀ ਪਿੱਛੇ ਆ ਰਹੀ ਸੀ ਆਪਣੇ, ਇੱਕਦਮ ਬ੍ਰੇਕ ਕੰਮ ਛੱਡ ਕੇ ਟਾਇਰ ਪੈਂਚਰ ਹੋ ਗਿਆ, ਲੈਦਰਾਂ 'ਚੋਂ ਵੀ ਧੂੰਆਂ ਨਿਕਲਣ ਲੱਗ ਗਿਆ ਸੀ ਪੂਰਾ ਫੁੱਲ, ਗੱਡੀ ਬ੍ਰੇਕ ਨਹੀਂ ਲੈ ਰਹੀ ਸੀ। ਬਾਈਆਂ ਨੇ ਆ ਢੇਰੀ 'ਤੇ ਲਾ ਕੇ ਗੱਡੀ ਖੜਾਈ, ਜੇ ਨਾ ਕਿਤੇ ਢੇਰੀ ਦਾ ਦਿਮਾਗ ਮੌਕੇ 'ਤੇ, ਕਹਿੰਦੇ ਹੁੰਦੇ ਨੇ ਵੀ ਡਰਾਈਵਰ ਦਾ ਜਿਹੜਾ ਦਿਮਾਗ ਆ ਵਕੀਲ ਵਰਗਾ ਹੁੰਦਾ ਹੈਗਾ, ਮੌਕੇ 'ਤੇ ਦਿਮਾਗ ਕੰਮ ਕਰਕੇ ਆਊਟਸਾਈਡ ਲਿਆ ਕੇ ਢੇਰੀ ਨਾਲ ਲਾ ਕੇ ਗੱਡੀ ਖੜਾ ਲਈ ਬਾਈ ਨੇ, ਨਹੀਂ ਸ਼ਾਇਦ ਕੋਈ ਅਣਹੋਣੀ ਵੀ ਹੋ ਸਕਦੀ ਸੀ ਜੀ। ਇਹ ਨੇ ਡਰਾਈਵਰ, ਇਹਨਾਂ ਨੇ ਆਪਣੀ ਸੂਝ ਬੂਝ ਤੋਂ ਜਿਹੜਾ ਕਿਸੇ ਅਣਹੋਣੀ ਘਟਨਾ ਤੋਂ ਬਚਾ ਰੱਖ ਲਿਆ, ਬਹੁਤੀ ਦਿਮਾਗ ਦੇ ਨਾਲ ਢੇਰੀ ਦੇ ਨਾਲ ਲਾ ਕੇ ਗੱਡੀ ਰੋਕ ਲਈ। ਸੋ ਧੰਨਵਾਦ ਬਾਈ ਜੀ, ਇੱਦਾਂ ਦੇ ਲੋਕ ਚਾਹੀਦੇ ਨੇ, ਥੈਂਕ ਯੂ ਬਾਈ ਜੀ। ਲਓ ਜੀ ਟਨਲ, ਉਧਮਪੁਰ ਰਾਮਬਨ ਪ੍ਰੋਜੈਕਟ, ਇਹ ਹੁਣੇ ਚਾਲੂ ਹੋਇਆ ਬੰਦੇ ਬਾਈ? ਇਹ ਹਾਂ 5-4 ਦਿਨਾਂ 'ਚ ਚਾਲੂ ਹੋਇਆ ਗਾ, ਕੱਲ੍ਹ ਚਾਲੂ ਹੋਇਆ, ਕੱਲ੍ਹ ਹੀ ਚਾਲੂ ਹੋਈ ਹੈ ਜੀ ਆਹ ਸੁਰੰਗ। ਕਿੰਨੇ ਕਿਲੋਮੀਟਰ ਲੰਮੀ ਆ ਬਾਈ ਇਹ? ਨਹੀਂ ਤੁਹਾਨੂੰ ਅੰਦਾਜ਼ਾ ਤਾਂ ਹੋ ਸਕਦਾ ਹੈਗਾ, ਦੇਖੋ ਜੀ ਨਵੀਂ ਬਣੀ ਆ ਸੁਰੰਗ, ਕੱਲ੍ਹ ਹੀ ਚਾਲੂ ਹੋਈ ਆ, ਕਹਿਣ ਤੋਂ ਭਾਵ 11 ਅਪ੍ਰੈਲ 2023 ਨੂੰ। ਇਹ ਪਤਾ ਕਿੱਥੇ ਜਾ ਕੇ ਨਿਕਲੂਗੇ ਬਾਈ? ਆ ਫੋਨ ਕੱਟੀ, ਰਿੰਗ ਬੰਦ ਕਰੀ, ਕਾਪੀ ਰਾਈਟ ਆ ਜਾਣਾ। ਇਹ ਪਤਾ ਕਿੱਥੇ ਜਾ ਕੇ ਨਿਕਲੂਗੇ? ਰਾਮਬਨ। ਕਿੰਨਾ ਸਫ਼ਰ ਖਤਮ ਕਰੂਗੇ? ਅੱਛਾ ਚਲੋ ਬਾਈ ਜੀ, ਜਾ ਕੇ ਬਾਹਰ ਨਿਕਲ ਕੇ ਦੇਖਦੇ ਆ ਵੀ ਜਿਹੜਾ ਬਾਏ ਰੋਡ ਬਾਹਰ ਦੀ ਹੈਗਾ ਉਹਦਾ ਕਿੰਨਾ ਕੁ ਸਫ਼ਰ ਇਹ ਖਤਮ ਕਰੂਗੀ ਇੱਥੋਂ ਦੀ ਲੰਘ ਕੇ। 10-12 ਕਿਲੋਮੀਟਰ ਪੈਂਦਾ ਸੀ, ਹੁਣ ਆਪਾਂ ਸੁਰੰਗ ਦੇਖਦੇ ਹਾਂ ਵੀ ਇਹ ਕਿੰਨੇ ਕਿਲੋਮੀਟਰ ਹੋਊਗੀ ਲਗਭਗ। ਮੀਟਰ ਦੇਖਿਆ ਸੀਗਾ ਕਿੰਨੇ ਦੇ ਬੜਿਆ? 790 ਦੇ ਬੜੇ ਆ ਜੀ, ਦੇਖਦੇ ਆ ਕਿੰਨੇ ਕਿਲੋਮੀਟਰ ਦੀ ਇਹ ਸੁਰੰਗ ਆ। 1.5 ਕਿਲੋਮੀਟਰ ਦੀ ਆ ਨਾ ਉਧਮਪੁਰ ਰਾਮਬਨ ਦੇ ਜਿਹੜੇ ਵਿਚਾਲੇ ਆ, 1.5 ਤੋਂ 2 ਕਿਲੋਮੀਟਰ ਲੰਮੀ ਸੁਰੰਗ ਆ ਜੀ ਇਹ, ਕਿਉਂਕਿ ਪਹਿਲਾਂ ਅਸੀਂ ਮੀਟਰ ਦੇਖਣਾ ਪ੍ਰੋਪਰ ਭੁੱਲ ਗਏ ਤੇ ਹੁਣ ਨਿਕਲੇ ਆਗੇ ਰਾਮਬਨ ਦੇ ਆਲੇ ਪਾਸੇ ਉਧਮਪੁਰ ਤੋਂ। ਬਾਕੀ ਹਨੇਰਾ ਹੋ ਗਿਆ ਬਾਈ ਜੀ, ਜੁੜੇ ਰਹੋ ਅਗਲੀਆਂ ਵੀਡੀਓ ਵੀ ਆਪਾਂ ਦਿਖਾਵਾਂਗੇ। ਆਹ ਦੇਖੋ ਸੁਰੰਗ ਵਾਲੇ ਜਿਹੜਾ ਸਮਾਨ ਆ ਬਣਾਉਣ ਵਾਲਾ ਹਲੇ ਬਾਹਰ ਹੀ ਖੜਾ ਗਾ, ਪਿੱਛੇ ਵੀ ਰਹਿ ਗਿਆ ਅਤੇ ਬਾਕੀ ਆ ਸੜਕ ਜਿਹੜੀ ਹਲੇ ਅੰਡਰ ਕੰਸਟਰਕਸ਼ਨ ਆ, ਸੁਰੰਗ ਦਾ ਕੰਮ ਹੋ ਚੁੱਕਿਆ, ਹਲੇ ਅੰਦਰੋਂ ਸੜਕ ਵੀ ਬਣਨੀ ਰਹਿੰਦੀ ਆ, ਹੈ ਨਾ ਬਾਈ, ਥੱਲੇ ਕੱਚਾ ਜਿਹਾ ਹੀ ਦੀ ਕੰਮ ਆ। ਕਰੀਬ 14 ਕਿਲੋਮੀਟਰ ਦਾ ਇਹ ਜਿਹੜਾ ਫਾਸਲਾ ਘਟਾ ਕੇ 2 ਕਿਲੋਮੀਟਰ ਦਾ ਕੀਤਾ ਇਸ ਇੱਕ ਸੁਰੰਗ ਨੇ। ਇਹ ਰਾਮਬਨ ਨਿਕਲ ਕੇ ਅਗਲਾ ਸ਼ਹਿਰ ਕਿਹੜਾ ਹੈਗਾ? ਰਾਮਬਨ ਟੂ ਬਨਿਆਲ ਜਿਹੜੀ ਜੀ ਸੁਰੰਗ ਇਹ ਵੀ ਨਵੀਂ ਹੋਈ ਬਣੀ ਆ, ਪਰ ਇਹਦਾ ਸਮਾਂ ਹੋ ਗਿਆ ਚਾਲੂ ਹੋਏ ਦਾ, ਦੇਖਦੇ ਹਾਂ ਕਿੰਨੀ ਕੁ ਲੰਮੀ ਆ। ਤਿੰਨ ਚਾਰ ਮਹੀਨੇ ਪਹਿਲਾਂ ਇਹ ਚਾਲੂ ਹੋਈ ਸੀ, ਵਧੀਆ ਪ੍ਰਬੰਧ ਕੀਤੇ ਗਏ ਨੇ, ਆਕਸੀਜਨ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਇਹਦੇ ਵਿੱਚ, ਆਵਾਜ਼ਾਂ ਪਰ ਬਹੁਤ ਆ ਰਹੀਆਂ ਨੇ। ਇਹ 92 ਸੁਰੰਗ ਆ ਜੀ, ਇਹ 92 ਨਹੀਂ ਹੈਗੀ ਹੈ, ਸਰਕਾਰਾਂ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਪਹਾੜੀ ਇਲਾਕਿਆਂ 'ਚ ਜਿਹੜਾ ਸਫ਼ਰ ਨੂੰ ਸੌਖਾ ਅਤੇ ਘੱਟ ਕਰਨਾ,
जिस तहत लगातार सुरंगा बन रही ने। इस सुरंग नाल पैंदे किन्ने किलोमीटर का वीरे घटाया पता कुछ? ये जी करीब 1.5 किलोमीटर की सुरंग लम्मी हैगी, 7 तो 8 किलोमीटर तो इन्हें जिहड़ा रास्ते नूं 1.5 किलोमीटर च कन्वर्ट किया। लो जी ये तीजी सुरंग आ, रामबन तो बनियाल जांदे नूं ये जिहड़ी तीजी सुरंग आ गई। चेक करते हैं लंबाई से जानते हैं कोई क्या हर वारी आ जमें चौ हों नवे लवाए का है ना। भाई जी नेरा पूरा फुल हो गया, इस करके अज दी वीडियो इत्थी बंद करदे आ। बाकी सफर तुहानू अगली वीडियो च दिखावांगे। जुड़े रहो पेज दे नाल। धन्नवाद, सत श्री अकाल।